ਅਸੀਂ ਚੋਂ ਤੋਂ ਇੱਥੇ ਆਏ ਆ ਅਜ ਤੱਕ ਬੱਤੀ ਦਾ ਮੂੰਹ ਨਹੀਂ ਦੇਖਿਆ ਸਰ ਇਹ ਤੇ ਕਹਿੰਦੇ ਆ ਵੀ ਸਰ ਬੱਤੀ ਬਿਹਾਰ ਨੂੰ ਦਵਾਂਗੇ ਜਾਂ ਝੂਪੀ ਨੂੰ ਦਵਾਂਗੇ ਵੇਖੋ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਹੀ ਬੱਤੀ ਨਹੀਂ ਹੈਗੀ ਟੀਵੀ ਏਸੀ ਕਿੱਥੋਂ ਵੇਖਾਂਗੇ ਅਸੀਂ ਪੜਾਈ ਵੀ ਕਰਦੇ ਆ ਤੇ ਦੀਵੇ ਦੇ ਲੋ ਨਾ ਕਰਦੇ ਆ ਥੋੜਾ ਚੱਲ ਜੀਏ ਕਿਹੇ ਪਰਨੇ ਕਿਉਂਕਿ ਇੱਥੇ ਬੱਤੀ ਵੀ ਨਹੀਂ ਹੈਗੀ ਹੈਗੀ ਲਾਈਟ ਹੋਊਗੀ ਤਾਂ ਫੇਰ ਹੀ ਅਸੀਂ ਰਵਾਂਗੇ ਸਾਨੂੰ ਬਹੁਤ ਖੁਸ਼ੀ ਆਗੀ ਵਿਰਾਟ ਦੇ ਵੀ ਤੇ ਆਪਣਾ ਓਜਲਾ ਸਾਹਿਬ ਦੇ ਵੀ ਸਾਰੀ ਟੀਮ ਦੇ ਆਪਣਾ ਜੀ ਅਸੀਂ ਧੰਨਵਾਦੀ ਆਂ ਜੀ ਸਾਡੇ ਦਿਲ ਚ ਬਹੁਤ ਖੁਸ਼ੀ ਆ ਕਿਉਂਕਿ ਸਾਡੇ ਹੁਣ ਬੱਤੀ ਵੀ ਲੱਗ ਜਾਨੀਆਂ ਰਾਹ ਵੀ ਹਾਨੂੰ ਮਿਲ ਜਾਣਾ ਵਾ ਨੰਗਰ ਨੰਗੜ ਵਾਸਤੇ ਪਾਣੀ ਵੀ ਪੀਣ ਲਈ ਮਿਲ ਜਾਣਾ ਸਕੂਲ ਵੀ ਸਾਡੇ ਲਾਗੇ ਬਣ ਜਾਣਾ ਹੈਗਾ ਏ ਅੱਜ ਤੋਂ ਕੁਝ ਮਹੀਨੇ ਪਹਿਲਾਂ ਅਸੀਂ ਇੱਕ ਖਬਰ ਦਿਖਾਈ ਸੀ ਕਿ ਅੰਮ੍ਰਿਤਸਰ ਦੇ ਇੱਕ ਇਲਾਕੇ ਦੇ ਵਿੱਚ ਆਜ਼ਾਦੀ ਤੋਂ ਬਾਅਦ ਹੁਣ ਤੱਕ ਬਿਜਲੀ ਨਹੀਂ ਪਹੁੰਚੀ ਪਰ ਅੱਜ ਉਸ ਇਲਾਕੇ ਦੇ ਵਿੱਚ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਓਜਲਾ ਪਹੁੰਚੇ ਨੇ ਸਰ ਦੇਰ ਲੱਗੀ ਆਨੇ ਮੇ ਲੇਕਿਨ ਸ਼ੁਕਰ ਹੈ ਫਿਰ ਵੀ ਆਏ ਤੋ ਚੱਕਰ ਕੀ ਇਹਨਾਂ ਤੇ ਟਾਈਮ ਕਿਉਂ ਲੱਗ ਗਿਆ ਦੇਖੋ ਜਿਹੜੀ ਤੁਸੀਂ ਗੱਲ ਕਹੀ ਆ ਆਜ਼ਾਦੀ ਤੋਂ ਬਾਅਦ ਇਹ ਕਲੋਨੀ ਨੂੰ 15 ਸਾਲ ਹੋਏ ਵਸੇ ਨੂੰ ਇੰਦਰਾ ਕਲੋਨੀ ਆ 15 ਸਾਲਾਂ ਤੋਂ ਇਹਨਾਂ ਨੂੰ ਦਿੱਕਤ ਸੀ ਮੇਰੇ ਤੱਕ ਵਾ ਜਿਹੜੀ ਆ ਡਾਕਟਰ ਰਾਜਕਮਾਰ ਜੀ ਨਾਲ ਮੇਰੀ ਗੱਲ ਹੋਈ ਸੀ ਮੈਂ ਬਾਹਰ ਸੀ ਉਹ ਤੋਂ ਜਦੋਂ ਆ ਤੁਹਾਡੀ ਨਿਊਜ਼ ਲੱਗੀ ਹੈ ਔਰ ਅੱਜ ਹੀ ਅਸੀਂ ਬਹਿ ਕੇ ਕੌਂਸਲਰ ਸਹਿਬਾਨ ਨੂੰ ਬੁਲਾ ਕੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਬੱਬੀ ਸਾਹਿਬ ਆਏ ਨੇ ਸਾਰੇ ਕੌਂਸਲਰ ਸਹਿਬਾਨ ਨੂੰ ਇਲਾਕਿਆਂ ਦੇ ਨੂੰ ਬੁਲਾ ਕੇ ਅੱਜ ਹੀ ਅਸੀਂ ਤੈਅ ਕੀਤਾ ਕਿ ਅੱਜ ਹਰ ਹਾਲਤ ਅਸੀਂ ਵਰਕ ਆਰਡਰ ਦੇਣਾ ਹੈ ਤੁਸੀਂ ਸਮਝੋ ਵੀ ਅਸੀਂ 11 ਵਜੇ ਸਾਈਨ ਕੀਤੀ ਹੈ ਪੇਮੈਂਟ ਔਰ ਆਹ ਦੇਖ ਲਓ ਸਾਰੇ ਐਸਟੀਮੇਟ ਬਣਵਾ ਕੇ ਮਤਲਬ ਮੈਂ ਇੱਕ ਦੱਸਣਾ ਚਾਹੁੰਦਾ ਕਿ ਕੰਮ ਦੀ ਸਪੀਡ ਇਹ ਉਹ ਕੰਮ ਹੈ ਜਿਹੜੇ ਅਸੀਂ ਐਮਪੀ ਲਾਈਟ ਚੋ ਵੀ ਦਈਏ ਤੇ ਦੋ ਦੋ ਮਹੀਨੇ ਜਿਹੜੇ ਸਾਡੇ ਨਿਕਾੜ ਕੰਮ ਮੁਕਾਬਲੇ ਤਰੀਫ ਵੀ ਹੈ ਔਰ ਹੈਰਾਨੀ ਜਨਕ ਵੀ ਹੈ ਕਿ ਇਸ ਤਰੀਕੇ ਦੇ ਨਾਲ ਵੀ ਕੰਮ ਹੋ ਸਕਦੇ ਮੈਂ ਤੁਹਾਨੂੰ ਗੱਲ ਦੱਸਿਆ ਕਿ ਐਕਸ਼ਨ ਸਾਹਿਬ ਨੇ 15 ਦਿਨ ਕਹੇ ਹੁਣ ਇਹ ਤੁਹਾਡੇ ਸੇਵਾਦਾਰ ਐਮਪੀ ਔਜਲੇ ਤੇ ਤੇ ਸਾਡੀ ਟੀਮ ਤੇ ਆ ਅਸੀਂ 15 ਦਿਨਾਂ ਨੂੰ ਹਫਤੇ 'ਚ ਕਿਦਾਂ ਕਨਵਰਟ ਕਰਨਾ ਤੇ ਵੀ ਵਿਲ ਟਰਾਈ ਕਿ ਹਫਤੇ 'ਚ ਕਨਵਰਟ ਕਰਕੇ ਵਿਖਾਵਾਂਗੇ 10 ਸਾਲ ਪਹਿਲਾਂ ਅਕਾਲੀ ਭਾਜਪਾ ਸਰਕਾਰ ਰਹੀ ਹੈ ਪਰ ਵਿਧਾਇਕ ਜਿਹੜੇ ਕਾਂਗਰਸ ਸੀ ਕਾਰਨ ਕੀ ਸੀ ਕਿ ਹੁਣ ਤੱਕ ਸਾਹਮਣੇ ਕੀ ਗੱਲ ਆਈ ਵੀ ਇੰਨਾ ਟਾਈਮ ਕਿਉਂ ਲੱਗ ਗਿਆ ਦੇਖੋ ਬੜੀ ਇਸ ਗੱਲ ਦੇ ਵਿੱਚ ਗਲਤ ਜੀ ਧਾਰਨਾ ਬਣ ਚੁੱਕੀ ਹੈ ਕਿ ਜਿਹੜਾ ਵਿਧਾਇਕ ਚੁਣਿਆ ਜਾਂਦਾ ਆਪੋਜੀਸ਼ਨ ਪਾਰਟੀ ਦਾ ਉਥੇ ਹਲਕਾ ਇੰਚਾਰਜ ਲਾ ਕੇ ਔਰ ਉਹ ਕੰਮ ਕਰਦੇ ਨੇ ਔਰ ਉਹ ਜਿਹੜੇ ਵਿਧਾਇਕ ਹੈ ਉਹਨਾਂ ਤੋਂ ਅਫਸਰ ਸਹਿਬਾਨ ਵੀ ਪਾਸਾ ਵੱਟਦੇ ਨੇ ਔਰ ਦੂਸਰੇ ਵੀ ਪਾਸਾ ਵੱਟਦੇ ਨੇ ਉਹੀ ਕਾਰਨ ਸੀ ਕਿ ਜਿਹੜਾ ਪਿੱਛੇ ਹੁੰਤੇ ਰਹਿ ਗਿਆ ਡਾਕਟਰ ਸਾਹਿਬ ਬਹੁਤ ਤਰੀਕੇ ਦੇ ਨਾਲ ਔਰ ਬੜੇ ਵਧੀਆ ਤਰੀਕੇ ਦੇ ਨਾਲ ਲੋਕ ਸੇਵਾ ਕਰਦੇ ਆ ਔਰ ਕਦੀ ਵੀ ਉਹਨਾਂ ਨੂੰ ਇਹੋ ਜੀ ਗੱਲ ਨਹੀਂ ਆਈ ਉਹ ਜਿਹੜਾ 10 ਸਾਲ ਦਾ ਪਿਛਲਾ ਸਮਾਂ ਰਿਹਾ ਹੈ ਆ ਉਹਦੇ 'ਚ ਕਿਤੇ ਨਾ ਕਿਤੇ ਕਤਾਈਆਂ ਜ਼ਰੂਰ ਹੋਈਆਂ ਵਾ ਸਾਡੇ ਸਮੇਂ ਦੇ ਵਿੱਚ ਇਹੋ ਜਿਹੀ ਕਤਾਈ ਨਹੀਂ ਹੁੰਦੀ ਇਹ ਕਿਤੇ ਭਾਈ ਸਾਹਿਬ ਸਾਡੇ ਸਾਡੇ ਕੋ ਬਣਤੇ ਵੀ ਪਹੁੰਚ ਕਰ ਲੈਂਦੇ ਅੱਜ ਇਹ ਬੱਤੀ 'ਚ ਬੈਠੇ ਹੁੰਦੇ ਹੁਣ ਇੰਨਾ ਵੱਡਾ ਹਲਕਾ ਕਈ ਮੁਸ਼ਕਲਾਂ ਦਾ ਨਹੀਂ ਪਤਾ ਲੱਗਦਾ ਅਸੀਂ ਵਚਨ ਬੰਦਿਆ ਸਾਫ਼ ਸੁਥਰਾ ਪ੍ਰਸ਼ਾਸਨ ਸਾਫ਼ ਸੁਥਰਾ ਸਮਾਜ ਲੋਕਾਂ ਨੂੰ ਦੇਣ ਵਾਸਤੇ ਉਹਦੀ ਸ਼ੁਰੂਆਤ ਕੀਤੀ ਆ ਹੁਣ ਆਮ ਲੋਕਾਂ ਦੀ ਇਹ ਧਾਰਨਾ ਹੁੰਦੀ ਯਾਰ ਸਵਾ ਸਾਲ ਹੋ ਗਿਆ ਤੁਸੀਂ ਵੀ ਸਮਝਦੇ ਜੇ ਕਿਸੇ ਪ੍ਰੋਜੈਕਟ ਨੂੰ ਕਰ ਲੱਗਿਆ ਜਿਹੜੇ ਸਰਕਾਰੀ ਸਿਸਟਮ ਹੈ ਉਹਨੂੰ ਤੁਰ ਲੱਗਿਆ ਕਿੰਨਾ ਸਮਾਂ ਲੱਗਦਾ ਕੋਈ ਚੀਜ਼ ਨੂੰ ਪਾਸ ਹੋਣ ਤੇ ਮੁੜ ਕੇ ਉਹਨੂੰ ਇੰਪਲੀਮੈਂਟ ਕਰਨ ਦੇ ਉੱਤੇ ਕੋਈ ਚੀਜ਼ਾਂ ਦੀ ਦਿੱਕਤ ਹੈ ਆ ਅੱਜ ਮੈਂ ਤੁਹਾਨੂੰ ਦੱਸਿਆ ਨਾ ਕਿ ਅੱਜ ਇੱਕ ਹਿਸਟਰੀ ਕ੍ਰੀਏਟ ਹੋਈ ਹੈ ਕਿ 1 ਡੇ ਮੈਂ ਸਮਝਦਾ ਹਾਂ ਕਿਉਂਕਿ ਜਿੰਨੂੰ ਵੀ ਅਫਸਰ ਨੂੰ ਗਿਆ ਪੁੱਛਦਾ ਹੋਊਗਾ ਕਹਿੰਦਾ ਹਫਤਾ ਲੱਗਣਾ ਜੀ 15 ਦਿਨ ਲੱਗਣੇ ਜੀ ਮੈਂ ਕਹਾਂ ਵਾਏ ਪੈਸੇ ਪਏ ਆ ਦੇਣੇ ਆ ਐਸਟੀਮੇਟ ਬਣੇ ਨੇ ਹਮੋਂ ਸਾਹਮਣੇ ਬੈਠੋ ਜਿਹੜੀ ਦਿੱਕਤ ਹੈ ਦੂਰ ਕਰ ਲੋ ਤੇ ਉਹੀ ਗੱਲ ਹੋਈ ਅਫਸਰ ਸਹਿਬਾਨ ਦਾ ਧੰਨਵਾਦ ਹੈ ਇਸ ਕੰਮ 'ਚ ਪ੍ਰਸ਼ਾਸਨ ਦਾ ਵੀ ਕਿ ਜਿਨ੍ਹਾਂ ਨੇ ਡਿਸਟ੍ਰਿਕਟ ਕਮਿਸ਼ਨਰ ਸੰਗਾ ਸਾਹਿਬ ਉਹਨਾਂ ਦੀ ਟੀਮ ਨੇ ਮੈਂਟਨ ਹੀ ਲਾਇਆ ਇਸ ਕੰਮ ਦੇ ਇੱਥੇ ਆਏ ਲੋਕਾਂ ਨੂੰ ਮਿਲੇ ਉਹਨਾਂ ਦੀਆਂ ਮੁਸ਼ਕਲਾਂ ਦੇਖੀਆਂ ਇੱਕ ਇਨਸਾਨ ਹੋਣ ਦੇ ਨਾਤੇ ਕੋਈ ਗਰਮੀ ਬਹੁਤ ਹੈ ਮਨ ਦੇ ਵਿੱਚ ਕਿ ਕਿੰਨੀ ਤੁਹਾਨੂੰ ਇਸ ਚੀਜ਼ ਦੀ ਖੁਸ਼ੀ ਹੋ ਰਹੀ ਹੈ ਜਾਂ ਇੱਕ ਮਾਣ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਇੰਨਾ ਗਰੀਬ ਲੋਕਾਂ ਤੱਕ ਬਿਜਲੀ ਖੁਸ਼ੀ ਨਹੀਂ ਹੋ ਰਹੀ ਸ਼ਰਮ ਮਹਿਸੂਸ ਹੋ ਰਹੀ ਹੈ ਮੈਨੂੰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਖੁਸ਼ ਤੇ ਪ੍ਰਮਾਤਮਾ ਨੇ ਬਖਸ਼ਨੀ ਆਏ ਤੇ ਇਹਨਾਂ ਨੂੰ ਪਤਾ ਹੋਣਾ ਕਿੰਨੀ ਆ ਪਰ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਅਸੀਂ ਰਾਜਨੀਤਿਕ ਬੰਦੇ ਹੁੰਦੇ ਹੋਏ ਵੀ ਇਹ ਇੰਨੀ ਕੋਹਾਂ ਦੂਰ ਕੰਬਤੀ ਤੋਂ ਬੈਠੇ ਨਰਿੰਦਰ ਮੋਦੀ ਜੀ ਮੰਨ ਕੇ ਬਾਤ ਕਰਦੇ ਆ ਕਿ ਗਰੀਬਾਂ ਤੱਕ ਆਮ ਲੋਕਾਂ ਤੱਕ ਮੇਰੀ ਗੱਲ ਜਾਵੇ ਪਰ ਇਹਨਾਂ ਲੋਕਾਂ ਕੋਲ ਬਿਜਲੀ ਨਹੀਂ ਹੈ ਰੇਡੀਓ ਨਹੀਂ ਚੱਲਦਾ ਉਹ ਮਨ ਦੀ ਬਾਤ ਦਾ ਕੀ ਫਾਇਦਾ ਜੇ ਇਹਨਾਂ ਲੋਕਾਂ ਤੱਕ ਆਵਾਜ਼ ਹੀ ਨਹੀਂ ਪਹੁੰਚਦੀ ਮੇਰੇ ਖਿਆਲ ਮੋਦੀ ਸਾਹਿਬ ਬਨਾਰਸ ਤੋਂ ਚੁਣੜੇ ਉਹ ਆਪਣੇ ਹਲਕੇ ਦੇ ਹਸਪਤਾਲ ਵੇਖ ਲੈਣ ਆਪਣੇ ਰੇਲਵੇ ਸਟੇਸ਼ਨ ਵੇਖ ਲੈਣ ਲੋਕਾਂ ਦਾ ਪਬਲਿਕ ਦਾ ਟ੍ਰੈਫਿਕ ਜਿਹੜਾ ਨਿਜ਼ਾਮ ਹੈ ਜਿਹੜਾ ਪਬਲਿਕ ਟਰਾਂਸਪੋਰਟ ਹੈ ਉਹਦੀ ਹਾਲਤ ਵੇਖ ਲੈਣ ਮਨ ਕੀ ਬਾਤ ਉੱਥੇ ਲਿਖੀ ਹਰ ਜਗ੍ਹਾ ਪੁੱਛਣ ਪਛਾਣ ਦੀ ਲੋੜ ਨਹੀਂ ਗੁਰਜੀਤ ਔਲੇ ਨੇ ਗਰੀਬੀ ਵੇਖਣੀ ਆ ਜਿੰਨਾ ਵੀ ਏਰੀਆ ਵਾ ਅੰਮ੍ਰਿਤਸਰ ਸ਼ਹਿਰ ਦੀਆਂ ਵਾਦੀਆਂ ਨੇ ਜਾ ਕੇ ਦੂਰ ਰਤਾ ਰਵੇ ਇੰਨਾ ਜੀ ਦੂਰ ਰਤਾ ਰਹਿ ਪਤਾ ਗਰੀਬੀ ਦਿਖ ਪਣੀ ਆ ਤੇ ਜੇ ਮੈਂ ਇਹ ਕਹਾਂ ਕਿ ਮੈਂ ਮਨ ਕੀ ਬਾਤ ਕਰਨੀ ਔਲੇ ਨੇ ਦੱਸੋ ਗਰੀਬੀ ਕਿੱਥੇ ਕਿੱਥੇ ਆ ਇਹ ਤੇ ਗੱਲ ਨਾ ਹੋਈ ਹੁਣ ਕਵੇ ਕੋਈ ਵੀ ਮਤਲਬ ਰੇਲਵੇ ਸਟੇਸ਼ਨ ਹੈ ਗੰਦੇ ਆ ਭਰਿਆ ਪਿਆ ਤੁਹਾਨੂੰ ਪਤਾ ਇਸ ਗੱਲ ਦਾ ਤੇ ਹੁਣ ਮੈਂ ਅਜੇ ਫੇਰ ਪੁੱਛੀ ਜਾਵਾਂ ਵੀ ਬਾਹਰ ਮੈਨੂੰ ਮੁਸ਼ਕਲਾਂ ਦੱਸੋ ਮੁਸ਼ਕਲ ਵੇਖਣ ਵਾਸਤੇ ਮੈਂ ਬੇਨਤੀ ਕਰੂੰਗਾ ਰਾਜਨੀਤਿਕ ਬੰਦੇ ਨੂੰ ਵੀ ਸਾਰੇ ਨੂੰ ਬੇਨਤੀ ਕਰਦਾ ਕਿ ਦੂਰ ਨਹੀਂਗਾ ਆਪਣੇ ਆਲੇ ਦੁਆਲੇ ਦੇ ਵਿੱਚ ਝਾਤੀ 10 ਕਿਲੋਮੀਟਰ ਦੇ ਏਰੀਆ 'ਚ ਮਾਰ ਲੀਏ ਉਹਦੇ ਵਿੱਚ ਹੀ ਸਾਰਾ ਕੁਝ ਪਿਆ ਆ ਤੇ ਮੇਰੀ ਆਖਰੀ ਸਵਾਲ ਇਹਨਾਂ ਲੋਕਾਂ ਤੱਕ ਤੁਸੀਂ ਪਹੁੰਚੇ ਜਦੋਂ ਚੋਣ ਕਾਂਗਰਸ ਵੱਲੋਂ ਜਿੱਤੀ ਗਈ ਤੁਸੀਂ ਵੀ ਜਦੋਂ ਚੋਣ ਲੜੇ ਤਾਂ ਸਭ ਤੋਂ ਵੱਡਾ ਮੁੱਦਾ ਸੀ ਨਸ਼ਾ ਹੂੰ ਅੱਜ ਕੱਲ ਪਿਛਲੇ ਤਿਆਰ ਪੰਜ ਦਿਨਾਂ ਤੋਂ ਹਰ ਰੋਜ਼ ਵੀਡੀਓ ਇੱਕ ਕੋਈ ਨਾ ਕੋਈ ਵਾਇਰਲ ਹੋ ਰਹੀ ਹੈ ਕਿ ਨੌਜਵਾਨ ਨਸ਼ੇ ਨਾਲ ਮਰ ਰਹੇ ਆ ਉਹਦੇ ਲਈ ਤੁਸੀਂ ਕਿਉਂਕਿ ਕੈਪਟਨ ਸਾਹਿਬ ਨੇ ਸੌਂ ਵੀ ਖਾਦੀ ਸੀ ਗੁਟਕਾ ਸਾਹਿਬ ਚੱਕ ਕੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਬਹੁਤ ਮੰਦ ਭਾਗੀ ਗੱਲ ਆ ਕਿ ਅਜੇ ਵੀ ਨਸ਼ੇ ਦੇ ਸਦਾਕਰ ਜਿਹੜੇ ਤਰੇ ਫਿਰ ਰਹੇ ਨੇ ਔਰ ਹਿਮਾਕਤ ਕਰ ਰਹੇ ਨੇ ਕਿ ਕਾਨੂੰਨੀ ਵਿਵਸਥਾ ਹੋਣ ਦੇ ਬਾਵਜੂਦ ਕਾਨੂੰਨ ਦੀ ਵਿਵਸਥਾ ਐਸ ਐਚਓ ਡੀ ਐਸ ਪੀ ਐਸ ਪੀ ਐਸ ਐਸ ਪੀ ਕਮਿਸ਼ਨਰ ਉਹਨਾਂ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਖਲੜੀ ਦੇ ਵਿੱਚ ਡਰ ਨਹੀਂ ਤੇ ਮੇਰਾ خیال ਹੈ ਕਿਤੇ ਨਾ ਕਿਤੇ ਕੋਤਾਈ ਤੇ ਹੈਗੀ ਹੈ ਇਹਨਾਂ ਦੀ ਇਸ ਸਿਸਟਮ ਦੀ ਸੋ ਇਹਨੂੰ ਦੂਰ ਕਰਨਾ ਪਊਗਾ ਔਰ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਅੱਜ ਸਰਿੰਜਾਂ ਵੇਖ ਰਿਹਾ ਹਾਂ ਟੀਕੇ ਵੇਖ ਰਿਹਾ ਹਾਂ ਨਸ਼ਾ ਤੇ ਚਲੋ ਜਿਹੜਾ ਚਿੱਟੇ ਦੀ ਗੱਲ ਕਰਦੇ ਆ ਉਹ ਤੇ ਹੋਏ ਗਈ ਹੈ ਵੀ ਆ ਪਰ ਜਿਹੜਾ ਲੋਕ ਆ ਕੈਮੀਕਲ ਜਿਹੜਾ ਨਸ਼ਾ ਹੈ ਕੈਮੀਕਲੀ ਤੁਸੀਂ ਕਹ ਲੋਗੇ ਡਰੱਗ ਸਟੋਰ ਤੋਂ ਲੈ ਕੇ ਓਵਰਡੋਸ ਕਰ ਲੈਣਾ ਕੋਈ ਡਰੱਗ ਸਟੋਰ ਤੋਂ ਇਹੋ ਜਿਹਾ ਇੰਜੈਕਸ਼ਨ ਲੈ ਕੇ ਆਪਣੀ ਨਾੜ ਚਲਾ ਲੈਣਾ ਉਹਦੇ ਨਾਲ ਵੀ ਮੌਤਾਂ ਹੋ ਰਹੀਆਂ ਇਹਨੂੰ ਥੋੜਾ ਜਿਆਦਾ ਦੇਖ ਲੈਣਾ ਚਾਹੀਦਾ ਔਰ ਇਸ ਚੀਜ਼ ਨੂੰ ਕਾਬੂ ਪਾਉਣਾ ਸਾਡੀ ਜ਼ਿੰਮੇਵਾਰੀ ਆ ਇਹ ਨਹੀਂ ਗੱਲ ਅਸੀਂ ਇੱਦੋਂ ਭਜਦੇ ਨਹੀਂ ਇਹ ਜਿੰਨਾ ਚਿਰ ਅਸੀਂ ਹੈਗੇ ਜਿਹੜੀ ਗੱਲ ਕਰਕੇ ਆਏ ਕੈਪਟਨ ਸਾਹਿਬ ਦਾ ਵੀ ਇਸ ਗੱਲ ਤੇ ਪੂਰੀ ਨਿਗਰ ਰੱਖ ਕੇ ਬੈਠੇ ਨੇ ਔਰ ਬੇਫਿਕਰ ਰਹੋ ਇਹਨੂੰ ਦੂਰ ਜ਼ਰੂਰ ਕਰਾਂਗੇ ਕਿਉਂਕਿ ਜਦੋਂ ਨਸ਼ਾ ਘਟਦਾ ਹੈ ਨਾ ਘਟਦੀ ਮਕਦਾਰ ਚ ਮਿਲਦਾ ਫੇਰ ਲੋਕ ਥੋੜੇ ਨਸ਼ੇ ਨਾਲ ਜ਼ਿਆਦਾ ਥੋੜੇ ਪੈਸਿਆਂ ਨਾਲ ਜ਼ਿਆਦਾ ਨਸ਼ਾ ਕਰਨਾ ਚਾਹੁੰਦੇ ਆ ਟੀਕੇ ਕਿਉਂ ਲੱਗਣਦੇ ਨੇ ਕਿਉਂਕਿ ਜ਼ਿਆਦਾ ਨਹੀਂ ਅਵੇਲੇਬਲ ਔਰ ਉਹਨੂੰ ਘੋੜ ਕੇ ਸਿੱਧਾ ਡਾਇਰੈਕਟ ਲਾਉਂਦੇ ਨੇ ਜੇ ਜ਼ਿਆਦਾ ਹੋਵੇ ਤੇ ਉਹ ਤੁਹਾਨੂੰ ਪਤਾ ਹੀ ਜਿਹੜਾ ਉਹਦਾ ਕੋਈ ਤਰੀਕਾ ਕਰਨ ਦਾ ਹੈ ਉਹ ਲੰਬਾ ਹੈ ਤੇ ਨਸ਼ਾ ਵੀ ਜ਼ਿਆਦਾ ਲੱਗਦਾ ਸੋ ਇਹ ਜਈਆਂ ਚੀਜ਼ਾਂ ਜੜੀਆਂ ਨੇ ਇਹ ਬਹੁਤ ਮਾੜੀ ਗੱਲ ਹੈ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਸਮਾਜ ਦੇ ਭੈਣ ਭਰਾਵਾਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਕਹਿੰਦੇ ਆ ਕਿ ਅਸੀਂ ਪੰਜਾਬੀ ਆ ਅਸੀਂ ਬਹਾਦਰ ਕੌਮ ਹੈ ਸਾਡਾ ਬਹੁਤ ਵੱਡਾ ਇਤਿਹਾਸ ਹੈ ਬਹੁਤ ਵਡੀਆਂ ਸ਼ਾਤਾਂ ਵੀ ਦਿੱਤੀਆਂ ਕੁਝ ਜ਼ਿੰਮੇਵਾਰੀਆਂ ਅਸੀਂ ਨਹੀਂ ਨਭਾਈਏ ਥੋੜੀਆਂ ਬਹੁਤੀਆਂ ਨਭਾਈਏ ਬਹੁਤ ਜਗ੍ਹਾ ਨੇ ਜਿੱਥੇ ਲੋਕਾਂ ਨੇ ਵੀ ਪਹਿਰਾ ਦਿੱਤਾ ਆ ਮੈਂ ਨਹੀਂ ਕਹਿ ਰਿਹਾ ਕਿ ਬਿਲਕੁਲ ਹੀ ਅਸੀਂ ਪ੍ਰਸ਼ਾਸਨ ਨੂੰ ਛੱਡ ਦੇਈਏ ਪ੍ਰਸ਼ਾਸਨ ਜਿੱਥੇ ਜ਼ਿੰਮੇਵਾਰ ਆ ਇਹ ਕਟਾਈਆਂ ਪ੍ਰਸ਼ਾਸਨ ਦੇ ਕਾਰਨ ਨਹੀਂ ਹੋਈਆਂ ਨੇ ਇਹ ਜ਼ਿੰਮੇਵਾਰ ਹੈ ਇਸ ਕੰ ਦਾ ਪਰ ਕੁਝ ਜ਼ਿੰਮੇਵਾਰੀਆਂ ਅਸੀਂ ਪਿੰਡ ਲੈਵਲ ਤੇ ਵੀ ਨਭਾਈਏ ਅਸੀਂ ਪਛਾਣਦੇ ਹੋਏ ਜਾਣਦੇ ਹੋਏ ਵੀ ਨਸ਼ੇ ਦੇ ਸਦਾਗਰਾਂ ਨੂੰ ਵਿਆਹਾਂ 'ਚ ਸੱਦਦੇ ਆ ਵਿਆਹਾਂ ਦੇ ਵਿੱਚ ਉਹਨਾਂ ਨੂੰ ਆਉਂਪਕਤ ਕਰਦੇ ਆ ਕਿਤੇ ਅਸੀਂ ਵੀ ਇਹਨਾਂ ਦਾ ਬਾਈਕਾਟ ਕਰਦੀਏ ਪਤਾ ਹੁੰਦਾ ਪਿੰਡ 'ਚ ਕਿਹੜਾ ਵੇਚਦਾ ਕਰ ਦਿਓ ਬਾਈਕਾਟ ਪਿੰਡ 'ਚ ਉਹਨੂੰ ਸੱਦੋ ਹੀ ਕੋਈ ਨਾ ਪਿੰਡ ਵਾਲਿਆਂ ਨੂੰ ਨਹੀਂ ਪਤਾ ਕਿਤੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਿੱਤੀ ਸਿੱਖਿਆ ਦੇ ਉੱਤੇ ਚੱਲ ਪਈਏ ਸਰਕਾਰਾਂ ਦੇ ਜਿੱਥੇ ਕੰਮ ਕਰਨਾ ਉਹ ਤੇ ਕਰਨਾ ਹੀ ਹੈ ਜੇ ਗਲਤ ਕਰਨਗੇ ਤੇ ਭੁਗਤਣਗੇ ਜੇ ਸਹੀ ਕਰਨਗੇ ਤੇ ਲੋਕਾਂ ਦੇ ਦਿਲਾਂ ਤੇ ਸ਼ਾਹਣਗੇ ਉਹ ਤੇ ਉਹਨਾਂ ਨੇ ਵੇਖਣਾ ਹੈ ਮਾੜਾ ਚੰਗਾ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਕਿਤੇ ਅੜਾ ਸਮਾਜਿਕ ਬਾਈਕਾਟ ਹੈ ਜੇ ਕਿਤੇ ਆਪਾਂ ਵੀ ਇਹਨਾਂ ਦਾ ਕਰਦੀਏ ਤੇ ਨਾਲੇ ਪਤਾ ਲੱਗ ਜਾਏ ਉਹਨੂੰ ਵੀ ਵੀ ਮੈਂ ਰ ਆ ਵੀ ਮੇਰੇ ਮੁੰਡੇ ਗਲਤ ਕਰ ਰਹੇ ਮੇਰਾ ਦੁੱਖ ਇਸ ਗ ਸੇਵਾ ਵੀ ਅਸੀਂ ਉਹਦੀ ਕਰਦੇ ਆਂ ਇਹ ਚੀਤੋਂ ਵੀ ਆਪਾਂ ਨੂੰ ਪ੍ਰੇਸ਼ ਕਰਨਾ ਪਊਗਾ ਇਹ ਹਨ ਗੁਰਜੀਤ ਸਿੰਘ ਔਜਲਾ ਜਿਨ੍ਹਾਂ ਦਾ ਕਹਿਣਾ ਕਿ ਅੱਜ ਇਹਨਾਂ ਲੋਕਾਂ ਦੇ ਨਾਲ ਮੁਲਾਕਾਤ ਕਰਕੇ ਔਰ ਇਹਨਾਂ ਦੀਆਂ ਮੁਸ਼ਕਲਾਂ ਜਾਣ ਕੇ ਉਸ ਤੋਂ ਬਾਅਦ ਜੋ ਇਹਨਾਂ ਦੇ ਘਰਾਂ ਦੇ ਵਿੱਚ ਅੱਜ ਤੱਕ ਬਿਜਲੀ ਜਾਂ ਰੋਸ਼ਨੀ ਜਿਹੜੀ ਸੀ ਰਾਤ ਵੇਲੇ ਨਹੀਂ ਹੋਈ ਸੀ ਉਸ ਨੂੰ ਕਰਕੇ ਖੁਸ਼ੀ ਤਾਂ ਹੋ ਹੀ ਰਹੀ ਹੈ ਪਰ ਇਸ ਦੇ ਨਾਲ ਹੀ ਇੱਕ ਉਹਨਾਂ ਨੂੰ ਦੁੱਖ ਵੀ ਔਰ ਸ਼ਰਮ ਵਾਲੀ ਗੱਲ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਲੱਗੀ ਕਿ ਅੱਜ ਤੱਕ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਕਿਉਂ ਅਤੇ ਕਿਹਨਾ ਕਰਕਾਂ ਕਰਦਾਂ ਕਰਕੇ ਨਹੀਂ ਪਹੁੰਚ ਸਕੀ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਦੈਨਿਕ ਸਵੇਰਾ ਅੰਮ੍ਰਿਤਸਰ